ਮਾਲਦਾ ਐਸਐਸ ਪੀਸ਼ਾ ਸਾਹਿਬ ਦੀ ਜ਼ੁਬਾਨ ਤੇ ਬੜੇ ਸਰਦਾਰ ਪੋਇਟ ਹੁੰਦੇ ਸੀ। ਉਹਨਾਂ ਬੜਾ ਕਮਾਲ ਦਾ ਸ਼ੇਰ ਹੈ ਕਿ ਮੇਰੇ ਘਰ ਤੋਂ ਤੇਰਾ ਘਰ ਤਾਂ ਦੋ ਕਦਮ, ਤੇਰੇ ਘਰ ਤੋਂ ਮੇਰਾ ਘਰ ਹੀ ਦੂਰ ਹੈ। ਪਰ ਤੁਸੀਂ ਇਹ ਦੂਰੀਆਂ ਮਿਟਾ ਦਿੱਤੀਆਂ ਮਿੱਤਰੋ, ਤੁਸੀਂ ਦੂਰੀਆਂ ਮਿਟਾ ਦਿੱਤੀਆਂ। ਭਾਗਾਂ ਵਾਲੇ ਹੋ ਸਾਨੂੰ, ਤੁਹਾਡੇ ਤੋਂ ਵੱਡੇ ਭਾਗਾਂ ਵਾਲੇ ਅਸੀਂ ਹਾਂ। ਅਤੇ ਸਾਡਾ ਸਾਰਾ ਟੱਬਰ ਬੈਠਿਆ ਅੱਜ ਸਾਡੇ ਸ਼ਾਇਰੀ ਦੇ ਆਦਰ ਯੋਗ, ਮੈਂ ਤਾਂ ਵਜ਼ੀਰ ਕਹਿੰਦਾ ਹੁੰਦਾ, ਪਰ ਅੱਜ ਉਹਨਾਂ ਦਾ ਤਿਲਕ ਧਾਰਨ ਕਰਾਉਣ ਵਾਲੇ ਦੋ ਵੱਡੇ ਵਿਦਵਾਨ ਡਾਕਟਰ ਸੁਖਦੇਵ ਔਰ ਡਾਕਟਰ ਹਰਭਜਨ ਸਿੰਘ ਭਾਟੀਆ ਵੀ ਸਾਡੇ ਅੰਗ ਸੰਗ ਨੇ। ਅਸੀਂ ਵਕੀਲ ਨਾਲ ਲੈ ਕੇ ਆਏ ਹਾਂ। ਆਮ ਤੌਰ 'ਤੇ ਮੇਰੇ ਵਰਗਾ ਬੰਦਾ ਫਸ ਜਾਂਦਾ ਤਾਂ ਵਕੀਲ ਨਾਲ ਨਹੀਂ ਹੁੰਦਾ ਅਤੇ ਹੱਥ ਖੜੀ ਲਾ ਕੇ ਘਰ ਮੁੜ ਜਾਂਦਾ, ਪਰ ਸਾਡੇ ਵਕੀਲ ਨਾਲ ਨੇ। ਪਰ ਕਈ ਕੇਸ ਇਹੋ ਜਿਹੇ 'ਚ ਵਕਾਲਤ ਦੀ ਲੋੜ ਨਹੀਂ ਹੁੰਦੀ, ਗੁਰਦੇਵ ਦੀ ਸ਼ਾਇਰੀ ਨੂੰ ਵਕਾਲਤ ਦੀ ਲੋੜ ਨਹੀਂ। ਗੁਰਦੇਵ ਦੀ ਸ਼ਾਇਰੀ ਇੱਕ ਤਾਂ ਸਿਰ ਚੜ੍ਹ ਬੋਲਣਾ, ਇਹ ਚੁਬਾਰੇ ਚੜ੍ਹ ਕੇ ਬੋਲਦੀ ਹੈ। ਇਹਨੂੰ ਇੱਕ ਵਾਰੀ ਪੜ੍ਹ ਦੋ, ਉਹ ਤੋਂ ਬਾਅਦ ਮਾਈ ਦੇ ਨਾਲ ਭੁਲਾ ਕੇ ਦੱਸੇ ਕਿ ਮੈਂ ਗੁਰਦੇਵ ਜੀ ਨੂੰ ਨਹੀਂ ਜਾਣਦਾ। ਐਗਜੈਕਟਲੀ ਉਵੇਂ ਜਿਵੇਂ ਮੇਰੇ ਸਾਹਾਂ ਸਵਾਸਾਂ 'ਚੋਂ ਮੈਨੂੰ ਨਿਚੋੜ ਦੇਵੋ, ਮੇਰੇ ਤੋਂ ਤਨਵੀਰ ਬੁਖਾਰੀ ਨਹੀਂ ਕੱਢ ਸਕਦੇ। ਮੈਂ ਪੈਰ ਪੈਰ 'ਤੇ ਉਸਨੂੰ ਕੋਟ ਕਰਦਾ ਤਾਂ ਮੈਨੂੰ ਲੱਗਦਾ ਕਿ ਮੈਂ ਤਨਵੀਰ ਬੁਖਾਰੀ ਦਾ ਬਹੁਤ ਕੁਛ ਦੇਣਾ, ਜਦਕਿ ਮੈਨੂੰ ਅੱਜ ਤੱਕ ਨਹੀਂ ਮਿਲਿਆ। ਮਰ ਗਿਆ ਤਨਵੀਰ, ਹੋਈ ਨਾ ਕਿਸੇ ਨੂੰ ਵੀ ਖਬਰ, ਨਾਲ ਦੇ ਕਮਰੇ 'ਚੋਂ ਵੀ ਰੇਡੀਓ ਵੱਜਦਾ ਰਿਹਾ। ਡਰਦਾ ਬਾਹਰ ਡਿੱਗਦਾ ਨਹੀਂ, ਮੈਂ ਆਟਾ ਡੁੱਲ ਜੋ ਕੀੜੀ ਦਾ, ਨਹੀਂ ਤਾਂ ਕਦਮ ਕਦਮ 'ਤੇ ਮੈਨੂੰ ਸੌ ਸੌ ਠੇਡਾ ਆਏ। ਪਹਿਲਾਂ ਅਸੀਂ ਕੀ ਕਰਦੇ ਸੀ, ਆਪਣੇ ਵੱਡਿਆਂ ਦੇ ਨਾਂ ਲੈ ਲੈ ਕੇ ਜਿਉਂਦੇ ਸੀ। ਪਿੰਸਕੋ ਤਖਤ ਸਿੰਘ ਦਾ ਨਾਂ ਲੈ ਕੇ ਜਿਉਂਦੇ ਸੀ, ਗਜ਼ਲ ਦੇ ਵਿੱਚ ਤਖਤ ਸਿੰਘ ਜਿਹੜੀਆਂ ਤੇਕਾਂ ਮਾਰ ਗਿਆ ਹੋਰ ਕੋਈ ਮਾਰ ਨਹੀਂ ਸਕਦਾ। ਅਤੇ ਅਸੀਂ ਸ਼ੇਅਰ ਕੋਟ ਕਰ ਦਿੰਦੇ ਹੁੰਦੇ ਸੀ ਕਿ ਮੌਤ ਚਿੜੀ ਦੀ ਸ਼ੀਸ਼ੇ ਹੱਥੋਂ ਹੋਣੀ ਸੀ, ਮੌਤ ਚਿੜੀ ਦੀ ਸ਼ੀਸ਼ੇ ਹੱਥੋਂ ਹੋਣੀ ਸੀ, ਲੈ ਡੁੱਬਿਆ ਅੱਗ ਲੱਗਣਾ ਪਾਣੀ ਸ਼ੀਸ਼ੇ ਦਾ। ਜਾਂ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਨੂੰ ਕੋਟ ਕਰਦੇ ਸੀ ਕਈ ਵਾਰ ਅਸੀਂ, ਜਾਂ ਜਗਤਾਰ ਹੋਰਾਂ ਨੂੰ ਕੋਟ ਕਰਦੇ ਸੀ ਅਸੀਂ। ਪਰ ਅੱਜ ਮੈਨੂੰ ਮਾਣ ਹੈ ਕਿ ਅਸੀਂ ਆਪਣੇ ਤੋਂ ਮਗਰੋਂ ਜੰਮੇ ਲਈ ਕੋਟ ਕਰਨ ਦੇ ਕਾਬਲ ਹੋ ਸਕੇ ਹਾਂ। ਡਾਕਟਰ ਭੁੱਟਾ, ਸੱਚੀ ਗੱਲ ਹੈ ਵੀ ਤੇਰੀ ਬਹਾਦਰੀ ਮੰਨਦਾ ਕਿ ਤੂੰ ਚੰਗਿਆਂ ਨੂੰ ਮੁਹੱਬਤ ਦੇਣ ਵਾਸਤੇ ਮੇਰਾ ਹਾਜ਼ਰ ਹੈ। ਗੁਰਦੇਵ ਤੂੰ ਭਾਗਾ ਰਹਿਣਾ ਕਿ ਤੇਰੀ ਇਸ ਕਿਤਾਬ ਦੇ ਘੁੰਡ ਚੁਕਾਈ ਕਹਿ ਲਓ, ਨਕਾਬ ਖਿਚਾਈ ਕਹਿ ਲਓ, ਲੋਕ ਅਰਪਣ ਕਹਿ ਲਓ, ਡੈਡੀਕੇਸ਼ਨ ਕਹਿ ਲਓ, ਲੋਕ ਸਮਰਪਣ ਕਹਿ ਲਓ, ਕੁਛ ਵੀ ਕਹਿ ਲਓ, ਇੰਨੇ ਬੰਦੇ ਸ਼ਗਨ ਦੇਣ ਵਾਲੇ ਨਹੀਂ ਹੁੰਦੇ, ਸ਼ਬਦਾਂ ਦੇ ਸ਼ਗਨ ਦੇਣ ਵਾਲੇ ਜਿੰਨਾ ਹਾਜ਼ਰ ਨੇ। ਔਰ ਸਾਰੇ ਹੀ ਸ਼ਾਹ ਸਵਾਰ ਨੇ, ਪ੍ਰਦੇਸ਼ ਤੋਂ ਆਇਆ ਮੇਰਾ ਵੀ ਰਿਸ਼ਤਾ ਬਾਹਰ ਹੋਵੇ, ਇਹਦੀ ਕਿਤਾਬ ਦਾ ਗੁਰਪਿੱਖਾਂ ਦਾ ਪਬਲਿਸ਼ਰ ਸਤੀਸ਼ ਹੋਵੇ, ਬੀਬਾ ਜੀ ਹੋਣ, ਬੀਬਾ ਬਲਵੰਤ ਜੀ ਹੋਰ ਦੋਸਤ ਜਿੰਨੇ ਬੈਠੇ ਆ, ਇਹ ਸਾਰੇ ਸ਼ਬਦਾਂ ਦੇ ਸ਼ਗਨ ਪਾਉਣ ਆਏ ਨੇ। ਮੈਂ ਆਪਣੀ ਗੱਲ ਇੱਥੇ ਖਤਮ ਕਰਦਾ ਹੋਇਆ ਸ਼ੁਕਰਾਨਾ ਕਰਦਾ ਆਪਣੇ ਪ੍ਰੈਸ ਕਲੱਬ ਵਾਲੇ ਦੋਸਤਾਂ ਦਾ ਕਿ ਉਹ